सतगुरु महाराज की सचन बाजी परम सम्मान योग गुरु रूप गुरु प्यारी सत्संग जी आप जी ने ज्ञानी दरबार सिंह ढाडी जत्थे दे कोल गुरु त्याग शर्म किया किस तरह साहबजादिया ने उस धर्म युद्ध मोर्चे दे विच सतगुरों के वतन के तन मन काट काट के सिर दे विच अग्नि आप चलाई काया कापर चीर पव फारे हर रंग न लै छुपाका ਜੋਤਾ ਪ੍ਰੇਮ ਖੇਲਣ ਕਾ ਚਾਲ ਸਿਰ ਤਰ ਤਲੀ ਗਲੀ ਮੇਰੀ ਆਲਤ ਮਾਰਗ ਪੈਰ ਤ੍ਰੀਜੇ ਸਿਰ ਬੀਜੈ ਕਾਲ ਨਾ ਕੀਜੈ ਬੜੇ ਅਮੋਲਕ ਸ਼ਬਦ ਹੈਗੇ ਹੈ ਬੜੇ ਅਮੋਲਕ ਹੀਰੇ ਮੋਤੀ ਹੈ ਪਰ ਮਹਾਰਾਜ ਕਹਿੰਦੇ ਮਾਰਗ ਮੋਤੀ ਵਿਥਰੇ ਅੰਧਾ ਨਿਕਸ਼ੇ ਵਾਏ ਜੋਤ ਬਿਨਾਂ ਜਗਦੀਸ਼ ਕੀ ਜਗਤ ਅਲੰਘੇ ਜਾਏ ਸਕੂਲ ਦੇ ਵਿੱਚ 100 ਵਿਦਿਆਰਥੀ ਹੋਵੇ 5 ਵਿਦਿਆਰਥੀ ਹੁੰਦੇ ਹੈ ਜਿਨ੍ਹਾਂ ਦੀ ਟਿਕਟਿਕੀ ਪ੍ਰਿੰਸੀਪਲ ਦੀ ਰਸਨਾ ਵੱਲ ਲੱਗੀ ਹੁੰਦੀ ਹੈ ਅਤੇ ਆਪਣੀ ਸੁਰਤੀ ਵੀ ਚੱਕ ਕੇ ਉਸ ਆਵਾਜ਼ ਦੇ ਵਿੱਚ ਪਰੋਂਦੇ ਹੈ ਉਹ ਪਰੋਈ ਹੋਈ ਆਵਾਜ਼ ਕਿਸੇ ਟਾਈਮ ਇੱਦਾਂ ਦਾ ਇਕੱਠ ਸਮੂਹ ਹੋ ਜਾਂਦਾ ਆ ਉਸ ਸਰੋਤ ਵਿਰਤੀ ਨੂੰ ਕਿਸੇ ਟਾਈਮ ਮਾਣ ਸਤਿਕਾਰ ਜ਼ਿੰਦਗੀ 'ਚ ਮਿਲਦਾ ਆ 95% ਪਿਛਲੇ ਪਾਸੇ ਵਿਦਿਆਰਥੀ ਬੈਠੇ ਹੁੰਦੇ ਹੈ ਉਹ ਕਿਸੇ ਪਾਸੇ ਉਹਨਾਂ ਦਾ ਧਿਆਨ ਹੁੰਦਾ ਕੋਈ ਕਿਤਾਬਾਂ 'ਚ ਹੁੰਦਾ ਹੱਥ ਵੀ ਉਹਨਾਂ ਦੇ ਕਿਤਾਬ 'ਚ ਹੁੰਦੀ ਹੈ ਕਲਾਸ 'ਚ ਵੀ ਬੈਠੇ ਹੁੰਦੇ ਆ ਸਕੂਲ 'ਚ ਵੀ ਬੈਠੇ ਹੁੰਦੇ ਪ੍ਰਿੰਸੀਪਲ ਜਿੱਥੇ ਬੈਠਾ ਬੈਠੇ ਉੱਥੇ ਹੁੰਦੇ ਆ ਪਰ 95% ਵਿਦਿਆਰਥੀ ਜਿਹੜੇ ਹੁੰਦੇ ਆ ਉਹਨਾਂ ਦੇ ਧਿਆਨ ਕਦੇ ਕਿਤੇ ਜਾਂਦਾ ਕਿਤੇ ਨਹੀਂ ਜਾਂਦਾ ਪਰ 5% ਜਿਹੜੇ ਵਿਦਿਆਰਥੀ ਹੁੰਦੇ ਆ ਉਹਨਾਂ ਬੱਚਿਆਂ ਦੀ ਕੀਮਤ ਪਾਉਂਦੇ ਆ ਗੱਜ ਕੇ ਆਖੋ ਸਤਨਾਮ ਉਹਨਾਂ ਸਾਹਿਬਜ਼ਾਦਿਆਂ ਦਾ ਹੋ ਰਿਹਾ ਯੁੱਧ ਇਹ ਕੋਈ ਉਸ ਟਾਈਮ ਨਹੀਂ ਵੀ ਯੁੱਧ ਹੋ ਗਿਆ ਉਹ ਭੂਤਕਾਲ ਨਹੀਂ ਹੈਗਾ ਇਹ ਜਿਹੜੇ ਯੁੱਧ ਹੈਗੇ ਤ੍ਰੈ ਕਾਲ ਦਰਸ਼ੀ ਹੈ ਗੱਜ ਕੇ ਆਖੋ ਸਤਨਾਮ ਇੱਕ ਉਹ ਯੁੱਧ ਹੁੰਦਾ ਜਿਹੜਾ ਹੋ ਗਿਆ ਮੁੜ ਕੇ ਨਹੀਂ ਹੋਣਾ ਸਮਾਂ ਬੀਤ ਗਿਆ ਇਹ ਹੈਗਾ ਤ੍ਰੈ ਕਾਲ ਦਰਸ਼ੀ ਇਹ ਗੁਰੂ ਦੇ ਵਚਨ ਉਹ ਚੀਜ਼ਾਂ ਆ ਜਦੋਂ ਵੀ ਤੁਸੀਂ ਚਾਹੋ ਪੜ੍ਹੇ ਸੁਣੋ ਚਿੱਤ ਲਾਏ ਇਹ ਯੁੱਧ ਤੁਹਾਨੂੰ ਸਦਾ ਵਾਸਤੇ ਹੁਣ ਵੀ ਯੁੱਧ ਚੱਲਦਾ ਫਿਰ ਵੀ ਚੱਲੇਗਾ ਪਹਿਲਾਂ ਵੀ ਚੱਲ ਗਿਆ ਚੱਲਦਾ ਰਹਿਣਾ ਆ ਇਸ ਕਰਕੇ ਇਹਨਾਂ ਅਮੋਲਕ ਬਚਨਾਂ ਨੂੰ ਤੁਸੀਂ ਸੁਣਨ ਵਾਸਤੇ ਇਹਨਾਂ ਅਮੋਲਕ ਚੀਜ਼ਾਂ ਨੂੰ ਤੁਸੀਂ ਆਪਣੇ ਜੀਵਨ 'ਚ ਗ੍ਰਹਿਣ ਕਰਨਾ ਉਹਨਾਂ ਸਾਹਿਬਜ਼ਾਦਿਆਂ ਨੇ ਗ੍ਰਹਿਣ ਕੀਤੀਆਂ ਚੀਜ਼ਾਂ ਅੱਜ ਦੇਸ਼ ਦੇ ਕੋਨੇ ਕੋਨੇ ਦੇ ਵਿੱਚ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਦੁਨੀਆ ਉਹਨਾਂ ਗੁਣਾਂ ਨੂੰ ਗੁਣਾਂ ਨੂੰ ਸੁਣਨ ਵਾਸਤੇ ਉਹਨਾਂ ਗੁਣਾਂ ਨੂੰ ਗ੍ਰਹਿਣ ਕਰਨ ਵਾਸਤੇ ਆਉਂਦੀ ਹੈਗੀ ਸਾਰੇ ਪਰ ਜਿੱਦਾਂ ਕਿਸੇ ਦੀ ਜੀਵਨ ਦੇ ਵਿੱਚ ਵੀਕਨੈਸ ਹੈ ਉਹਦਾ ਵਜਨ ਸ਼ਬਦ ਦਾ ਚੱਕ ਨਹੀਂ ਹੁੰਦਾ ਗੱਜ ਕੇ ਆਖੋ ਸਤਨਾਮ ਉਹਦੇ ਸ਼ਬਦ ਦੇ ਬੀਜ ਦਾ ਵਜਨ ਬਹੁਤ ਹੈ ਗੁਰੂ ਕੇ ਪਿਆਰਿਓ ਉਸ ਵਜਨ ਨੂੰ ਚੱਕਣ ਵਾਸਤੇ ਗੁਰੂ ਦੇ ਕੋਲੋਂ ਉਹ ਬਲ ਪ੍ਰਾਪਤ ਲਿਆ ਦੇ ਸ਼ਿਵਾ ਪਰ ਮੂਹੇ ਇਹ ਹੈ ਸ਼ੁਭ ਕਰਮ ਤੇ ਕਬੂ ਨਾ ਡਰੂ ਨਾ ਡਰੂ ਅਰਸੋਂ ਜਬ ਜਾਏ ਲਰੂ ਨਿਸ਼ਚਾ ਕਰ ਆਪਣੀ ਜਿੱਤ ਕਰੋ ਔਰ ਸਿੱਖੋ ਆਪਣੇ ਹੀ ਮਨ ਕੋਈ ਲਾਲ ਸੁਤ ਗੁਣ ਚੋ ਚਰੋ ਜਬ ਆਪ ਕੀ ਔਰ ਨਿਦਾਨ ਬਣੇ ਅਤ ਹੀਰਣ ਮੈਂ ਤਬ ਜੂਝ ਮਰੋ ਵਿਚਾਰ ਪਿਆਰਦੀਪ ਸਿੰਘ ਜੀ ਚੱਲਣ ਵਾਲੇ ਆ ਗਏ ਨੇ ਉਹਨੇ ਵੀ ਕੀਰਤਨ ਕਰਨਾ ਆ ਮੈਂ ਬੇਨਤੀ ਕਰਾਂ ਲਖਵੀਰ ਸਿੰਘ ਦਾ ਬੱਚਾ ਕਿਸ਼ਨਪੁਰ ਤੋਂ ਉਹਦਾ ਫੋਨ ਆਇਆ ਤਾਂ ਵੀ ਬੱਚੇ ਨੇ ਇੱਕ ਕਵਿਤਾ ਪੜ੍ਹਨੀ ਹੈ ਮੈਂ ਕਹਿੰਦਾ ਵੀ ਬੱਚਾ ਆਜ ਵੀ ਤਾਂ ਕਿ ਜਿਹੜੀ ਕਵਿਤਾ ਆਪਣੇ ਹਿਰਦੇ 'ਚ ਗੁੰਦ ਕੇ ਲੈ ਕੇ ਆਇਆ ਅਤੇ ਉਹ ਵੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਰੱਖੇ ਦੇ ਉਹਦੇ 'ਚ ਆਪਣੀ ਹਾਜ਼ਰੀ ਲਾਵੇ ਹਰ ਇੱਕ ਚੀਜ਼ ਆਪਣੀ ਆਪਣੀ ਆ ਜਾ ਬੱਚਾ ਆ ਜਾ ਕਿਉਂਕਿ ਜਦੋਂ ਬਾਜ਼ਾਰ ਦੇ ਵਿੱਚ ਮੀਨਾਕਾਰੀ ਹੁੰਦੀ ਸਾਰੇ ਆਪਣੀ ਨਿਵੇਸ਼ ਦੇ ਵਿੱਚ ਚੀਜ਼ ਲੈ ਕੇ ਆਉਂਦੇ ਆ ਪਰ ਉਹ ਜੱਜ ਉਹਦੀ ਫਿਰ ਟਿੱਕ ਮਾਰ ਕਰਦੇ ਆ ਉਹਦੀ ਜਿਹੜੀ ਮਿਹਨਤ ਕੀਤੀ ਹੁੰਦੀ ਹੈ ਇੱਕ ਪਰਮਾਤਮਾ ਦੇ ਵਿਚਾਰ ਨੂੰ ਆਪਣੇ ਹਿਰਦੇ 'ਚ ਗੁੰਦ ਕੇ ਲੈ ਕੇ ਆਉਣਾ ਉਹਦੀਆਂ ਸੋਚਾਂ ਦੀ ਛਾਪ ਆਪਣੇ ਹਿਰਦੇ ਰੂਪੀ ਮਨ ਰੂਪੀ ਕੱਪੜੇ 'ਤੇ ਪਾ ਕੇ ਦਿਖਾਲਣੀ ਤਕਰੀਬਨ ਮਨ ਰੂਪੀ ਕੱਪੜੇ 'ਤੇ ਕਿਸੇ ਦੇ ਵਿਸ਼ਿਆਂ ਬਕਾਰਾਂ ਦੀਆਂ ਛਾਪਾਂ ਪਈਆਂ ਗੱਜ ਕੇ ਆਖੋ ਸਤਨਾਮ ਕਿਸੇ ਦੇ ਨਿੰਦਿਆ 'ਤੇ ਚੁਗਲੀ ਦੀ ਛਾਪ ਪਈ ਕਿਸੇ ਦੇ ਬੁਰੇ ਸੋਚਣ ਦੀ ਛਾਪ ਪਈ ਹੈ ਅਤੇ ਭਾਵੇਂ ਲੱਖਾਂ ਬੰਦੇ ਲਪੋ ਲੈਣ ਆਪਣੇ ਮਨ ਰੂਪੀ ਕੱਪੜੇ ਨੂੰ ਅੰਦਰ ਹੋਏ ਸੋ ਨਿਕਲੇ ਨਾ ਛਪੇ ਛਪਾਇਆ ਉਹਦੇ ਮਨ ਰੂਪੀ ਕੱਪੜੇ 'ਤੇ ਪਈ ਛਾਪ ਕਦੇ ਇਹ ਨਹੀਂ ਦਿਖਦੀ ਉਹ ਦਿਖ ਰਹੀ ਹੈ ਪਰ ਜਿਹਦੀ ਸੋਚ ਦੇ ਅੰਦਰ ਗੁਰੂ ਦੇ ਪਿਆਰ ਦੀ ਛਾਪ ਪਈ ਹੈ ਉਹ ਵੀ ਦਿਖਦੀ ਹੈ ਬੱਚਾ ਗੁਰੂ ਦੀ ਦਾਤ ਤੋਂ ਮਿਲਿਓ ਆ ਲਖਵੀਰ ਸਿੰਘ ਫੋਨ ਕੀਤਾ ਤਾਂ ਬੱਚੇ ਦੀ ਹਾਜ਼ਰੀ ਜ਼ਰੂਰ ਲਾਇਓ ਮੈਂ ਤੇ ਬਾਤ ਕਰਾਂ ਬੇਟੀਆਂ ਆ
ਉਹਨਾਂ ਨੇ ਵਿੱਚ ਵਿਚਰੀ ਕਰਨੀ ਉਹ ਵੀ 5 ਮਿੰਟ ਇਹਦੇ ਬੱਚੇ ਦੇ ਨਾਲ ਮਗਰ ਆ ਜਾਣ। ਆਓ ਗੁਰੂ ਕੇ ਪਿਆਰੇ ਬੱਚਿਆਂ ਦਾ ਹੌਸਲਾ ਫਜਾਈ ਵਧਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਟੋਪੀਆਂ ਸਿਰਾਂ ਤੇ ਸਰਹੰਦ ਅੱਜ ਆਉਣਗੇ, ਟੋਪੀਆਂ ਸਿਰਾਂ ਤੇ ਸਰਹੰਦ ਅੱਜ ਆਉਣਗੇ, ਵੇਖਦੇ ਨੀ ਖੁਨੀ ਦੀ ਜਵਾਰ ਵਾਜਾਂ ਵਾਲਿਆ, ਤੂੰ ਜਿਨ੍ਹਾਂ ਦੀ ਘਟਾਏ ਪੁੱਤ ਚਾਰ, ਜਿਨ੍ਹਾਂ ਦੀ ਘਟਾਏ ਪੁੱਤ ਚਾਰ ਵਾਜਾਂ ਵਾਲਿਆ, ਤੂੰ ਜਿਨ੍ਹਾਂ ਦੀ ਘਟਾਏ ਪੁੱਤ ਚਾਰ, ਬਣ ਕੇ ਰਮਾਲ ਸਰਹੰਦ ਅੱਜ ਆਉਣਗੇ, ਬਣ ਕੇ ਰਮਾਲ ਸਰਹੰਦ ਅੱਜ ਆਉਣਗੇ, ਵੇਖਦੇ ਨੀ ਖੁਨੀ ਦੀ ਦੀਵਾਰ ਵਾਜਾਂ ਵਾਲਿਆ, ਤੂੰ ਜਿਨ੍ਹਾਂ ਦੀ ਘਟਾਏ ਪੁੱਤ ਚਾਰ, ਜਿਨ੍ਹਾਂ ਦੀ ਕਟਾਈ ਪੁੱਤ ਚਾਰ ਵੱਜ ਵਾਲਿਆ, ਤੂੰ ਜਿਨ੍ਹਾਂ ਦੀ ਕਟਾਈ ਪੁੱਤ ਚਾਰ, ਆਉਣਗੇ ਜ਼ਰੂਰ ਕਰਵਾ ਕੇ ਸੇਵਾ ਤਾਜੀਆਂ, ਆਉਣਗੇ ਜ਼ਰੂਰ ਕਰਵਾ ਕੇ ਸੇਵਾ ਤਾਜੀਆਂ, ਵੇਖਦੇ ਨੀ ਖੂਨੀ ਦੀ ਦੀਵਾਰ ਵਾਜਾਂ ਵਾਲਿਆ, ਤੂੰ ਜਿਨ੍ਹਾਂ ਦੀ ਕਟਾਈ ਪੁੱਤ ਚਾਰ, ਬਾਬਿਆਂ ਨੇ ਕਹਿਣਾ ਬਾਬਾ ਪੀੜ ਬਣੀ ਮੱਥਾ ਦਬਾਇ ਕਰ ਲਓ ਮਨਜੂਰ ਜੀ, ਕੋਈ ਕੋਈ ਸੁਣੋ ਇਤਿਹਾਸ ਤੇਰੇ ਬੇਟੇ ਪਰ ਲੰਗਰਾਂ ਚ ਜਾਣਗੇ ਜ਼ਰੂਰ ਜੀ, ਬੋਧੇ ਕਰ ਖੜੇ ਪਾਗਲਾਂ ਚ ਖੱਟੇ ਪਰਨੇ, ਬੋਧੇ ਕਰ ਖੜੇ ਪਾਗਲਾਂ ਚ ਖੱਟੇ ਪਰਨੇ, ਲਾਉਂਦੇ ਹੋਣ ਗੇੜੀਆਂ ਬਾਜ਼ਾਰ ਬਾਜਾਂ ਵਾਲਿਆਂ, ਤੂੰ ਜਿਨ੍ਹਾਂ ਦੀ ਕਟਾਈ ਪੁੱਤ ਚਾਰ, ਜਿਨ੍ਹਾਂ ਦੀ ਕਟਾਈ ਪੁੱਤ ਚਾਰ ਵਾਜਾਂ ਵਾਲਿਆਂ, ਤੂੰ ਜਿਨ੍ਹਾਂ ਦੀ ਕਟਾਈ ਪੁੱਤ ਚਾਰ, ਕਈਆਂ ਨੂੰ ਤੋਏ ਤਿੰਨ ਯਾਦ ਵੀ ਨੇ ਹੋਣੇ, ਦੋਰੀਆਂ ਰਜਾਈਆਂ ਵਿੱਚ ਹੋਣੇ ਨੇ, ਤੇਰਾ ਤੇ ਸਤਾਜ ਪੱਗਾਂ ਬੰਨ ਕੇ ਸਿਰਾਂ ਤੇ ਕਈ ਅੱਜ ਵੀ ਤਾਂ ਠੇਕਿਆਂ ਤੇ ਹੋਣੇ ਨੇ, ਤੇਰਾ ਤੇ ਸਤਾਜ ਪੱਗਾਂ ਬੰਨ ਕੇ ਸਿਰਾਂ ਤੇ ਕਈ ਅੱਜ ਵੀ ਤਾਂ ਠੇਕਿਆਂ ਤੇ ਹੋਣੇ ਨੇ, ਉਹਨਾਂ ਨੂੰ ਕੀ ਪਤਾ ਸਰਹੰਦ ਚਮਕੌਰ ਕਿੱਥੇ, ਉਹਨਾਂ ਨੂੰ ਕੀ ਪਤਾ ਸਰਹੰਦ ਚਮਕੌਰ ਕਿੱਥੇ, ਮੁੱਕਦੇ ਨਹੀਂ ਕੰਮਕਾਰ ਵਾਜਾਂ ਵਾਲੇ ਅੱਤ, ਜਿਨ੍ਹਾਂ ਦੀ ਕਟਾਈ ਪੁੱਤ ਚਾਰ, ਜਿਨ੍ਹਾਂ ਦੀ ਕਟਾਈ ਪੁੱਤ ਚਾਰ ਵਾਜਾਂ ਵਾਲਿਆ, ਤੂੰ ਜਿਨ੍ਹਾਂ ਦੀ ਕਟਾਈ ਪੁੱਤ ਚਾਰ, ਬਣ ਕੇ ਰਮਾਲ ਸਰਹੰਦ ਅੱਜ ਆਉਣਗੇ, ਬਣ ਕੇ ਰਮਾਲ ਸਰਹੰਦ ਅੱਜ ਆਉਣਗੇ, ਵੇਖਦੇ ਨੀ ਖੁਨੀ ਦੀ ਜਵਾਰ ਵਾਜਾਂ ਵਾਲਿਆ, ਤੂੰ ਜਿਨ੍ਹਾਂ ਦੀ ਕਟਾਈ ਪੁੱਤ ਚਾਰ, ਚਾਰੇ ਪਾਸੇ ਕਾਂ ਰੋਲੀ ਪਾਏ ਹੋਣੀ ਵੀ, ਡਰਾਣੇ ਅੱਜ ਚੰਗੀਆਂ ਤੇ ਦੂਜੇ ਮਾੜੇ ਨੇ, ਗੁਜ਼ਾਰ ਤੇ ਵਾਜਾਂ ਵਾਲਿਆ, ਜਿਨ੍ਹਾਂ ਦੀ ਕਟਾਏ ਪੁੱਤ ਚਾਰ, ਜਿਨ੍ਹਾਂ ਦੀ ਕਟਾਏ ਪੁੱਤ ਚਾਰ ਵਾਜਾਂ ਵਾਲਿਆ, ਤੇ ਜਿਨ੍ਹਾਂ ਦੀ ਕਟਾਏ ਪੁੱਤ ਚਾਰ, ਬੋਲੇ ਸੋ। ਦੇਖੋ ਲਖਵੀਰ ਸਿੰਘ ਨੂੰ ਦਾਤ ਵੀ ਇਸ ਸਥਾਨ ਤੋਂ ਮਿਲੀ ਹੈ ਸਮੇਂ ਤੋਂ ਬਾਅਦ, ਅਤੇ ਅਰਦਾਸ ਵੀ ਇਹੀ ਕੀਤੀ ਸੀ ਜਦੋਂ ਬੱਚੇ ਦੀ ਦਾਤ ਮਿਲਣੀ ਸੀ ਹਜੇ, ਵੀ ਸੱਚੇ ਪਾਤਸ਼ਾਹ ਜੇ ਤਾਂ ਦੇਣਾ ਤਾਂ ਬੱਚਾ ਗੁਰਸਿੱਖੇ ਦੇਈ ਗੱਜ ਕੇ ਆਖੋ ਸਤਨਾਮ, ਕਿਉਂਕਿ ਜਿਹੜਾ ਗੁਰੂ ਘਰ ਦੇ ਵਿੱਚ ਵਿਚਾਰ ਕਰੇ। ਹੁਣ ਦੇਖੋ ਤੁਸੀਂ ਐਡੇ ਐਡੇ ਵੱਡੇ ਬੈਠੇ ਆ, ਉਹ ਬੱਚਾ ਨਿੱਕਾ ਜਿਹਾ ਛੋਟਾ ਆ, ਇੱਕ ਇੰਨੀ ਥੋੜ੍ਹੇ ਜਿਹੇ ਅੱਖਰਾਂ ਦੇ ਵਿੱਚ ਕਿੰਨਾ ਕੁਛ ਤੁਹਾਡੇ ਮੂੰਹ ਦੇ ਉੱਪਰ ਇੱਕ ਗੁਰਮਤਿ ਦੀ ਚਪੇੜ ਮਾਰ ਕੇ ਗਿਆ, ਗੱਜ ਕੇ ਆਖੋ ਸਤਨਾਮ। ਆਪਣੇ ਵਿਰੋਧੀ ਦੀ ਚਪੇੜ ਸਮਝ ਕੇ ਤਾਂ ਬੰਦਾ ਗਰਮੋ ਗਰਮ ਹੋ ਜਾਂਦਾ, ਅਤੇ ਗੁਰੂ ਜਾਂ ਚਪੇੜ ਮਾਰਦਾ ਫਿਰ ਕਿਸੇ ਬੱਸ ਦੀ ਗੱਲ ਨਹੀਂ ਰਹਿੰਦੀ, ਗੱਜ ਕੇ ਆਖੋ ਸਤਨਾਮ। ਮੈਂ ਬੇਨਤੀ ਕਰਾਂ ਗੁੱਡੀਆਂ ਨੂੰ, ਕਿਉਂਕਿ ਆਪਣੀ ਆ ਕੇ ਮਾਸਟਰ ਜੀ ਦੀ ਪੋਤੀ ਕਵਿਤਾ ਰੱਖਣ ਵਾਹਿਗੁਰੂ ਖਾਲਸਾ ਅੱਜ ਜਦੋਂ ਗੁਰੂ ਜੀ ਦੇ ਛੋਟੇ ਲਾਲਾਂ ਨੂੰ ਅਤੇ ਮਾਤਾ ਗੁਜਰੀ ਜੀ ਦੇ ਸਰਹੰਦ ਵਿੱਚ ਲਿਆਇਆ ਗਿਆ ਤਾਂ ਉਹਨਾਂ ਨੂੰ ਠੰਡੇ ਬੁਰਜ ਵਿੱਚ ਰੱਖਿਆ ਗਿਆ, ਤਾਂ 3 ਦਿਨ ਠੰਡੇ ਬੁਰਜ ਵਿੱਚ ਰਹਿ ਕੇ ਸ਼ਾਮ ਨੂੰ ਮੁਸਲਮਾਨ ਉਹਨਾਂ ਨੂੰ ਲੈਣ ਆਉਂਦੇ ਸੀ ਦਰਬਾਰ ਵਿੱਚ ਪੇਸ਼ ਕਰਨ ਨੂੰ। ਤਾਂ ਜਦੋਂ ਵੀ ਉਹ ਦਰਬਾਰ ਵਿੱਚ ਜਾਂਦੇ ਸੀ ਨਾ, ਵਜ਼ੀਰ ਖਾਨ ਇੱਕ ਹੀ ਸਵਾਲ ਪੁੱਛਦਾ ਸੀ ਕਿ ਤੁਹਾਨੂੰ ਇਸਲਾਮ ਕਬੂਲ ਹੈ, ਤੁਹਾਨੂੰ ਬਹੁਤ ਐਸ਼ੋ ਆਰਾਮ ਦੇਵਾਂਗੇ ਅਸੀਂ, ਇਸਲਾਮ ਕਬੂਲ ਕਰ ਤੁਸੀਂ ਕਿਹਨੂੰ ਛੱਡਦੇ ਹੋ। ਤੇ ਉਹਨਾਂ ਦਾ ਹਰੇਕ ਵਾਰ ਨਾ ਹੁੰਦਾ ਸੀ, ਉਹ ਹਰੇਕ ਵਾਰ ਇਨਕਾਰ ਕਰ ਦਿੰਦੇ ਸੀ। ਹੁਣ ਅਸੀਂ ਗੱਲ ਕਰਦੇ ਹਾਂ 3 ਦਿਨ ਦੀ। ਜਦੋਂ 3 ਦਿਨ ਸਵੇਰ ਹੋਈ ਤਾਂ ਸ਼ਾਮ ਨੂੰ ਫਿਰ ਲੈਣ ਆਏ ਉਸ ਮੁਸਲਮਾਨ, ਤਾਂ ਫਿਰ ਉਹਨਾਂ ਨੂੰ ਦਰਬਾਰ ਵਿੱਚ ਪੇਸ਼ ਕੀਤਾ ਗਿਆ। ਉਹਨਾਂ ਨੂੰ ਫਿਰ ਪੁੱਛਿਆ ਗਿਆ ਕਿ ਤੁਹਾਨੂੰ ਇਸਲਾਮ ਕਬੂਲ ਹੈ,
तो कह लगे जिस गुरु ने एक धर्म नू बचाउण लई दिल्ली जाके अपना सीस दे दिता तुसी उन्हां दे पोतियां नू अपना इस्लाम कबूल करने कह रहे हो, सोच लो किते कोई गलती तो नहीं कर रहे। तो उस वेले वजीर खान ने खिच के बोलिया तू तीसरी बार इस्लाम नहीं कर रहा है, हुण तुहाडी मौत आएगी, तुसी कल नीयां विच चिणोगे, जाओ जाके कह रहे हो अपनी माता गुजरी जी नू। तो उस वेले उन्हां जी ने जकारा छड्डिया, फतेह बुलाई बहुत जोर नाल, अते ठंडे पुज विच जाके अपने माता जी नू कुट के जसी पाई अते कहन लगे बिना आगे कदी जुदाई दा आजाद मुड़ के उड़ा नहीं तेनू दसी कि बेची होना है तेरी अखियां नू असी रुलाउणा नहीं पुत्तर बिछड़िया तुसी भी चले निर्दया दे हाथ छड़ चले मैं भी थोड़े मगर आना बस हुण मैं भी सचखंड जाना बिना आ गया जुदाई दा आजाद मुड़ के आना नहीं तेनू दसिए कि बेची होना है तेरी अखियां नू असी रुलाउणा नहीं वेखांगे नाल हीरे रूहाने आरिया रज के निहाला मैं सूरतां प्यारिया प्यारे नाल सिरां उत्ते तल दी सजा दिया तोरन तो पहला थोनू लाड़ा बना दिया लाड़ा बना दिया बिना गया इदा दे जुदाई दा आजाद मुड़ के आना नहीं तैनू दसिए कि बेची होना है तेरी अखियां नू असी रुलाउणा नहीं दादे साडे ने क्यों होए ने डाले तेरी सिखियां ते उतरे तेरे लाले करके सिरा ते पिटा रब्बी ते आन करिए दादे पिता दा नां रोशन जहान करिए रोशन जहान करिए बिना गया ऐसा दिए जुदाई दा आजाद मुड़ के आना नहीं तैनू दसिए कि बेची होना है तेरी अखियां नू असी रुलाउणा नहीं। वाहिगुरु जी का खालसा वाहिगुरु जी की फतेह। सीस दे दियो पर धर्म ना छड्डियो नीहां विचों लाल बोलदे वाहेगुरु जी का खालसा वाहेगुरु जी की फतेह। वाहेगुरु जी का खालसा वाहेगुरु जी। माता पिता दे संस्कार जिदां दे हुंदे बच्चों ते असर हुंदा। सब तो पहला मैं कई बार सोचता हुंदा मैं कहना दरख्त लगा या सूरज अपनी रोशनी दिंदा या हवा अपना काम करके चल जाती पानी भी अपना काम करता है फसल में सूरज मिली जाए सूरज की रोशनी भी जरूरी है हवा भी जरूरी है पानी भी जरूरी है पर एक गल का ख्याल रखो जेकर जिस धरती दे विच बूटा लगे धरती दे विच तत नहीं हैगी हवा पानी सूरज की रोशनी भी पावर नहीं दे सकती गज के आखो सतना। मैं फिर दोहरावां सूरज रोशनी दिंदा हवा रोशनी दिंदी है पानी तिने चीजा बूटे नूं मिलदियां बाहरों पर जेकर धरती कलर होवे बूटा फुलदा नहीं हैगा गज के आखो सतना। तुसी बाहरों कथा कीर्तन जिन्ना मर्जी सुन के जावो पहल है मां रूपी धरती पहल है परिवार रूपी धरती पहल है अपना इर्द गिर्द रूपी धरती जिन्हां धरतियां दे विच ओह सोच हैगी है उन्हां बूटियां दे विच तत जावेगा तकरीबन भावें बाहरों छांग भी हो जाए पर उन्होंने अंदरली सोच नहीं मरती होंगी गज के आखो सतनाम। इस गल का ख्याल रखो जिस तरह बच्चे के संस्कार वै वो माता पिता संस्कार जितबदे रोज 24 घंटे बच्चा उन्होंने को रहा वो बच्चे दे बीर रूप रस्ते आके मुख रूपी टाणी के बच्चों शाखा बन के बाहर निकलदियां। एक गल का ख्याल रखो अपनी
जिहड़ी धरती अपना वातावरण है अपना परिवार है इहनू हमेशा बना के रखो। तकरीबन गाव्या सेवक सिख पूजन सब आवे सब गावे हरा रूपम बाणी गाव्या सुनिया तिनकार साहिब आवे जिन सतगुर की आग्या सत सत समानी। कई बार धार्मिक प्रोग्राम कराउंदे बंदे देखदे सानू व्यापार चो फायदा किन्ना पैसा किन्ना बचिया तकरीबन एक गल का ख्याल रखियो जेड़ा जिंदगी दे विच व्यापार माया का करू ना मेरी माया जमा किन्नी बैंक च होई है तकरीबन उहदा बीज फली पुत कदे नहीं जिंदगी च होया गज के आखो सतनाम। जेड़ा इस धर्म दे व्यापार का पहरेदार है उहदे सिर ते जिंदगी ते करजा होगा वह करजा छड के जाऊगा और जिंदगी दे विच ਉਹ ਦੇਖਦਾ ਮੈਂ ਲੋਕਾਂ ਦਾ ਖੂਨ ਨਹੀਂ ਬਹਾ ਸਕਦਾ ਲੋਕਾਂ ਦਾ ਖੂਨ ਬਹਾਵੇ ਆਪਣਾ ਖੂਨ ਜਮ੍ਹਾਂ ਰੱਖੇ ਜ਼ਿੰਦਗੀ ਦੇ ਵਿੱਚ ਉਹਦੇ ਕਦੀ ਉਹਦੀ ਸੋਚ ਕਾਮਯਾਬ ਨਹੀਂ ਹੁੰਦੀ। ਇਸੇ ਤਰ੍ਹਾਂ ਜ਼ਿੰਦਗੀ ਦੇ ਵਿੱਚ ਉਹ ਸੋਚਦਾ ਕਿ ਮੇਰਾ ਇੱਕ ਇੱਕ ਖੂਨ ਦਾ ਕਤਰਾ ਮੇਰਾ ਇੱਕ ਇੱਕ ਕਮਾਈ ਜਿਹੜੀ ਹੈਗੀ ਹੈ ਮੈਂ ਤਹਿ ਸਾਹਿਬ ਕੀ ਬਾਤ ਆਖਿਆ ਕਹੋ ਨਾਨਕ ਕਿਆ ਦੀਜਾ ਸ਼ੀਸ ਵੱਡੇ ਕਰ ਬੈਸਣ ਦੀਜਾ ਬਿਨ ਸਿਰ ਖੇਵ ਕਰੀਜਾ। ਇੱਕ ਗੱਲ ਦਾ ਖਿਆਲ ਰੱਖੋ ਲੋਕਾਂ ਦੇ ਕੋਲੋਂ ਪੈਸਾ ਨਹੀਂ ਇਕੱਠਾ ਕਰਨਾ ਜ਼ਿੰਦਗੀ ਦੇ ਵਿੱਚ ਕਿਸੇ ਤੋਂ ਮੰਗਣਾ ਨਹੀਂ ਹੈਗਾ ਇਹ ਬਾਬੇ ਮੇਸਰ ਦਾ ਸਥਾਨ ਹੈ ਨਿਸ਼ਾਵਰ ਕਰ ਦੇਣਾ ਜੇ ਕੋਈ ਬਾਤ ਸੁਣਾਵੇ ਸਾਹਿਬ ਕੀ ਸ਼ੀਸ ਵੱਡੇ ਕਰ ਬੈਸਣ ਦੀਜਾ ਬਿਨ ਸਿਰ ਛੇਵ ਕਰੀਜਾ। ਜਦੋਂ ਧਰਮ ਦੇ ਵਾਸਤੇ ਕਲਗੀਧਰ ਪਾਤਸ਼ਾਹ ਨੇ ਗੁਰੂ ਨਾਨਕ ਨੇ ਕੋਈ ਧਰਮ ਦਾ ਪ੍ਰਚਾਰ ਕਰਨ ਵਾਸਤੇ ਦੁਨੀਆ ਕੋਲੋਂ ਮਾਇਆ ਨਹੀਂ ਇਕੱਠੀ ਕੀਤੀ ਪਹਿਲਾਂ ਆਪਣੇ ਮਨ ਰੂਪੀ ਸੁਆਸਾਂ ਦੀ ਮਾਇਆ ਨੂੰ ਦੁਨੀਆ ਦੇ ਕੋਨੇ 'ਚ ਖਿਲਾਰ ਕੇ ਗਿਆ ਗਾ ਜੀ ਕੇ ਆਖੋ ਸਪਨਾ ਆਪਣਾ ਦਸਵੇਂ ਪਾਤਸ਼ਾਹ ਆਪਣੇ ਖੂਨ ਨੂੰ ਦੁਨੀਆ ਦੇ ਹਿਰਦਿਆਂ ਦੇ ਵਿੱਚ ਖੇਤਾਂ ਦੇ ਵਿੱਚ ਖੂਨ ਦੇ ਨਾਲ ਸਿੰਜ ਦਿੱਤਾ। ਅੱਜ ਉਹ ਖੂਨ ਕੱਢ ਰਿਹਾ ਆ ਆਪਣੀ ਕਮਾਈ ਦਾ ਇੱਕ ਪੈਸਾ ਜਮ੍ਹਾਂ ਨਹੀਂ ਕੀਤਾ ਜ਼ਿੰਦਗੀ ਦੇ ਵਿੱਚ ਆਪਣਾ ਸਰਵੰਸ ਵਾਰਿਆ ਆਪਣੀ ਜੱਦੀ ਜਾਇਦਾਦ ਸਭ ਕੁਛ ਦੁਨੀਆ ਤੋਂ ਨਿਸ਼ਾਵਰ ਕਰ ਦਿੱਤਾ। ਇਸ ਸੋਚ ਦੇ ਨਾਲ ਇਸ ਧਰਤੀ ਤੋਂ ਆਪਾਂ ਗੁਰੂ ਨਾਨਕ ਦੀ ਕਿਰਪਾ ਦੇ ਨਾਲ ਇਸ ਸਮੁੰਦਰ ਦੇ ਵਿੱਚੋਂ ਉਹ ਪਾਣੀ ਪੀ ਕੇ ਚੱਲੀਏ ਤਾਂ ਜ਼ਿੰਦਗੀ ਦੇ ਵਿੱਚ ਪੀਤਾ ਹੋਇਆ ਪਾਣੀ ਸਰੋਵਰ ਦਾ ਇਹ ਰੋਮਾਂ ਦਾ ਖਿਲਰਦਾ ਜਾਵੇ ਜਿੱਦਾਂ ਕੋਈ ਟੈਂਕੀ ਦੇ ਵਿੱਚੋਂ ਤੇਲ ਡੁੱਲਦਾ ਜਾਂਦਾ ਆ। ਇਸ ਦਰਬਾਰ ਦੀ ਅੱਜ ਦੀ ਕੀਤੀ ਤੁਹਾਡੀ ਸੇਵਾ ਤੁਸੀਂ ਦੁਨੀਆ ਦੇ ਵਿੱਚ ਐਦਾਂ ਵਿਚਰੋ ਜਾ ਕੇ ਗੱਜ ਕੇ ਆਖੋ ਸਤਨਾਮ। ਖਿਆਲ ਦਾ ਖਿਆਲ ਰੱਖੋ ਮੈਂ ਬੇਨਤੀ ਕਰਾਂ ਪਿਆਰਦੀਪ ਸਿੰਘ ਉਹਨਾਂ ਨੂੰ ਉਹ ਗੁਰਮਤੀਆਂ ਅਲਾਹੀ ਬਾਣੀ ਦਾ ਕੀਰਤਨ ਦੇ ਨਾਲ ਸੰਗਤਾਂ ਨੂੰ ਜੋੜਨਗੇ ਸੰਗਤਾਂ ਨੇ ਇਕਾਗਰਤਾ ਬਣਾਈ ਰੱਖਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।